ਅਸੀਂ ਗੁਰੂ ਕਰਮ ਸਿੰਘ ਦੀ ਬਸਤੀ ਦੇ ਰਹਿਣ ਵਾਲੇ ਓਏ ਮੇਰਿਆ ਬੱਚਿਆ ਮੇਰਿਆ ਲਾਡਿਆ ਬੱਚਿਆ ਮੇਰੀ ਬੱਚੀ ਰਿਵਕਾ ਏ ਓਏ ਓਏ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਸਵੇਰੇ ਪਹਿਲੀ ਗੱਡੀ ਆਈ ਉੱਥੋਂ ਇੱਥੋਂ ਛਾਵਣੀ ਵਾਲੀ ਗੱਡੀ ਅਗਾਂਹ ਚੜ੍ਹਨ ਲੱਗੀ ਸੀ ਓਏ ਮੈਨੂੰ ਇੰਨਾ ਨੀ ਪਤਾ ਮੇਰੇ ਭਰਾਵਾ ਓਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ੍ਹ ਗਿਆ ਤੇ ਉਹਦਾ ਪੈਸਲ ਚੜ੍ਹ ਗਿਆ ਉਹ ਵੀ ਨਾਲ ਸੀ ਉਹਦਾ ਪੈਰ ਫਿਸਲ ਗਿਆ ਮਗਰੋਂ ਤੇ ਉਹ ਡਿੱਗ ਪਈ ਓਏ ਉਹਨੇ ਨੂੰ ਟ੍ਰੇਨ ਤੁਰ ਪਈ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਰ ਗਈ ਉਹਨੇ MSc ਕੀਤੀ ਸੀ ਕੈਮਿਸਟਰੀ ਦੀ ਓਏ ਇਸ ਮੈਥ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁੱਕੇ ਵਾਲੇ ਸਕੂਲ ਚ ਪੜ੍ਹਾਉਂਦੀ ਸੀ ਓਏ ਓਏ 16-17 ਹਜ਼ਾਰ ਠੱਗ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ ਤੇ ਮਾਰੀ ਤਰਦਾ ਤਰਾਸ ਆਹੋ ਉਹ ਚੰਡੀਗੜ੍ਹ ਪੇਪਰ ਦੇਣ ਲਈ ਚੱਲੀ ਸੀ ਓਏ 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 ਆਏ ਓਏ ਨਾਲ ਮਾਮਾ ਸੀ ਓਏ 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 ਮੈਂ ਮਰ ਗਈ ਉਹਦਾ ਨਾਂ ਰਿਵਕਾ ਸੀ ਗੁਰੂ ਸਾਰ ਦੇ ਹਾਂਜੀ ਜੋ ਪੇਪਰ ਜਾ ਦੇਣ ਚੱਲੀ ਚੰਡੀਗੜ੍ਹ ਹਾਂ ਸਰਕਾਰੀ ਟੀਚਰ ਦਾ ਨਾਂ ਪ੍ਰਾਈਵੇਟ ਲੱਗੀ ਸੀ ਟ੍ਰੇਨ ਥੱਲੇ ਆ ਗਈ ਮਾਮਾ ਪਹਿਲਾਂ ਚੜ ਗਿਆ ਤੇ ਮਗਰੋਂ ਚੜਨ ਲੱਗੀ ਤੇ ਲੱਤ ਇੱਕ ਥੱਲੇ ਆ ਗਈ ਉੱਥੋਂ ਫਿਸਲ ਕੇ ਥੱਲੇ ਡਿੱਗ ਪਈ ਸਾਰਾ ਕੋਈ ਨੀ ਦੋਵੇਂ ਮਾਂ ਦੋਵੇਂ ਜੀ ਨੇ ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਖਾਈ ਬਾਤਾਂ ਨਾਲ ਮੇਰੀ ਭੈਣ ਨੇ ਪੜਾਈ ਸੀ ਹੋਰ ਇਹ ਬੁੱਢੇ ਕੀ ਕਰਨ ਦੇ ਹਾਏ